ਘਟੀਆ ਸ਼ਾਸਨ ਦੀ ਅਸੀਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਨਾਲ ਇਹ ਮੂੰਹ ਤੇ ਰਾਮ ਰਾਮ ਤੇ ਬਗਲ ਚ ਛੁਰੀਆਂ ਲੈ ਕੇ ਚੱਲਦੇ ਨੇ, ਜਿਸ ਤਰ੍ਹਾਂ ਦਾ ਖੌਫ ਇੱਥੇ ਦੇ ਕੈਂਡੀਡੇਟ ਦੇ ਜਿਗਰ ਵਿੱਚ ਤੇ ਉਹਦੇ ਪਿੱਛੇ ਜਿਹੜੀ ਸਾਰੀ ਪਾਰਟੀ ਦਾ ਦਾਰੋਮਦਾਰ ਲੱਗਾ ਸੀ, ਉਹਦੇ ਵਿੱਚ ਇਹਨਾਂ ਨੇ ਜਿਸ ਤਰ੍ਹਾਂ ਨਾਲ ਇਹ ਚਾਲ ਸਾਜ਼ੀ ਕੀਤੀ ਹੈ, ਉਹਦੇ ਨਾਲ ਇਸ ਵਤਨ ਦੀ ਜਿਹੜੀ ਲੜਾਈ ਹੈ ਆਪਣੇ ਆਪ ਨੂੰ ਮੁੜ ਆਪਣੇ ਪੈਰਾਂ ਤੇ ਖੜ ਲੈਣ ਦੀ, ਖਾਸ ਕਰਕੇ ਪੰਜਾਬੀ ਸੂਬੇ ਦੀ ਜਿਹੜੀ ਮੁਹਿੰਮ ਹੈ ਉਸਦੇ ਉੱਤੇ ਇੱਕ ਘਾਤਕ ਹਮਲਾ ਮੈਂ ਕਹਾਂਗਾ, ਜਿਹੜੀ ਕਿ ਬੇਤੁਕੀ ਬੇਥਵੀ ਇੱਕ ਦਲੀਲ ਦੇ ਕੇ ਜੋ ਸਾਡੀ ਸਾਡਾ ਜਿਹੜਾ ਜਵਾਬ ਸੀ ਦਿੱਤਾ ਹੋਇਆ ਉਹਨਾਂ ਦੇ ਨੋਟਿਸ ਨੂੰ, ਉਸਨੂੰ ਬਗੈਰ ਗੌਰ ਕੀਤਿਆਂ ਉਹਤੇ ਪਹਿਲਾਂ ਹੀ ਮਿਥਿਆ ਹੋਇਆ ਜਿਹੜਾ ਫੈਸਲਾ ਸੀ ਉਹ ਸੁਣਾ ਦਿੱਤਾ ਗਿਆ। ਕਿਹਾ ਵੀ ਚਾਲ ਖੇਡੀ ਹੈ, ਕਿਹਨੇ ਖੇਡੀ ਹੈ ਚਾਲ ਜੀ? ਦੇਖੋ ਮੈਂ ਅੱਗੇ ਹੁਣ ਬਹਿਸ ਵਿੱਚ ਸੀਗਾ ਇੱਕ ਜਿਹਦੇ ਵਿੱਚ ਡਾਕਟਰ ਚੀਮਾ ਹੋਣੀ ਅਕਾਲੀ ਦਲ ਵੱਲੋਂ ਉਸ ਪ੍ਰੋਗਰਾਮ ਤੇ ਸਨ, ਮੈਂ ਉਹਨਾਂ ਨੂੰ ਇਹੀ ਜ਼ਿਕਰ ਕੀਤਾ ਸੀਗਾ ਕਿ ਇੱਕ ਹੁੰਦੀ ਹੈ ਗੇਮ ਆਫ ਪਰਸੈਪਸ਼ਨ ਤੇ ਇੱਕ ਉਸ ਤੋਂ ਅਗਾਂਹ ਹੁੰਦੀ ਹੈ ਵਾਰ ਆਫ ਪਰਸੈਪਸ਼ਨ। ਮੈਂ ਉਹਨਾਂ ਨੂੰ ਇਹ ਕੀਤਾ ਕਿ ਮੈਂ ਅਕਾਲੀ ਦਲ ਦਾ ਕੋਈ ਰਣਨੀਤੀ ਦਾ ਸਲਾਹਕਾਰ ਜਾਂ ਐਡਵਾਈਜ਼ਰ ਨਹੀਂ ਹੈਗਾ ਜਾਂ ਅਧਿਆਪਕ ਨਹੀਂ ਹੈ ਉਹਨਾਂ ਦਾ, ਲੇਕਿਨ ਜੇ ਮੈਂ ਹੁੰਦਾ ਤੇ ਮੈਂ ਸਮਝਦਾ ਕਿ ਦੋ ਪੱਖੋਂ ਅੱਜ ਬਹੁਤ ਵੱਡੀ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ। ਇਲੈਕਸ਼ਨ ਕਰਾਉਣੀ ਜਦੋਂ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਆਪਣੇ ਐਗਜ਼ਾਮੀਨੇਸ਼ਨ ਪ੍ਰੋਸੈਸ ਦੇ ਵਿੱਚ ਬਿਜ਼ੀ ਹੋ ਰਹੇ ਨੇ, ਮਸ਼ਰੂਫ ਦੀ ਜਿਹੜੇ ਹਲਕਾ ਨਿਵਾਸੀ ਹਨਗੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਇੱਕ ਪਰਟੀਕੁਲਰ ਪਾਰਟੀ ਦੇ ਖਿਲਾਫ ਜਿਹੜੀ ਆਵਾਜ਼ ਉਠਾਉਂਦੇ ਨੇ, ਬਗਾਵਤ ਦੇ ਸੁਰ ਜਿਹੜੇ ਕਰਦੇ ਪਏ ਨੇ ਸੱਤਾਧਾਰੀ ਪਾਰਟੀ ਦੇ ਖਿਲਾਫ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਦੇ ਜਮਹੂਰੀ ਹੱਕ ਤੋਂ ਵਾਂਝਾ ਰੱਖਿਆ ਜਾਏ ਕਿ ਉਹ ਸ਼ਿਰਕਤ ਨਾ ਪਾ ਸਕਣ ਕਿ ਕਿਸੇ ਨੂੰ ਕਹਿ ਸਕਣ ਕਿ ਕੁਛ ਕਰਨ ਦੀ ਲੋੜ ਹੈ। ਪਹਿਲੀ ਗੱਲ ਇੱਥੇ ਇਹ ਪਹਿਲੀ ਹਾਰ ਮੈਂ ਗਿਣਦਾ। ਦੂਜੀ ਹਾਰ ਇਹ ਕਿ ਜਿਹੜਾ ਇੱਕ ਸਕੂਟਨੀ ਦਾ ਜਿਹੜਾ ਇੱਕ ਡੈਫਰਮੈਂਟ ਹੁੰਦੀ ਹੈ ਜਦੋਂ ਕੋਈ ਖਾਸ ਰੇਅਰ ਕੇਸ ਆਵੇ, ਖਾਸ ਕੋਈ ਬਾਤ ਹੋਵੇ, ਉਹਦੇ ਵਿੱਚ ਇਹ ਅੱਗੇ ਅਕਸਰ ਹੁੰਦਾ ਕਿ ਜਿਹੜੀ ਸਕਰੂਟਨੀ ਦੀ ਤਿਥੀ ਹੈ ਉਹ ਕੁਝ ਘੰਟੇ ਜਾਂ ਇੱਕ ਜਾਂ ਦੋ ਦਿਨਾਂ ਤੋਂ ਲੇਟਰ ਦੇ ਦਿੱਤੀ ਜਾਂਦੀ ਹੈ ਕਿ ਕੋਈ ਨਵੀਂ ਚੀਜ਼ ਤਾਂ ਅਸੀਂ ਕੋਈ ਕੀਤੀ ਨੀ। ਜਿਹੜਾ ਅਸੀਂ 22 ਤਰੀਕ ਨੂੰ 6 ਨੰਬਰ ਫਾਰਮ ਸਬਮਿਟ ਕੀਤਾ ਸੀ ਉਹਦੇ ਰਿਸੀਵ ਤੇ ਨਾਲ ਨੱਥੀ ਕੀਤੀ ਸੀ ਨਾਮੀਨੇਸ਼ਨ ਪੇਪਰ ਦੇ ਵਿੱਚ, ਤੇ ਹਰ ਇੱਕ ਨੂੰ ਪਤਾ ਸੀਗਾ ਕਿ 29 ਤਰੀਕ ਨੂੰ ਅਸੀਂ ਆਪਣਾ ਇਲੈਕਟ੍ਰਲ ਰੋਲ ਲਿਆ ਕੇ ਦੇ ਦਿਆਂਗੇ, ਔਰ ਉਹ ਡਿਨਾਈ ਕਰਨਾ ਪਹਿਲਾਂ ਹੀ ਮਿਥਿਆ ਹੋਇਆ। ਇਸਦੇ ਇਹ ਦੂਜਾ ਪਰਸੈਪਸ਼ਨ ਹੈ ਕਿਉਂਕਿ ਇਸ ਨਾਲ ਇਹੋ ਲੱਗਦਾ ਕਿ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣ ਲਈ ਇਹ ਫੈਸਲਾ ਲਿਆ ਗਿਆ। ਇੰਨੀ ਗੱਲ ਤਾਂ ਅਸੀਂ ਕਹਿ ਸਕਦੇ ਹਾਂ, ਇਸ ਤੋਂ ਜ਼ਿਆਦਾ ਕਹਿਣਾ ਅਤਕਥ ਨਹੀਂ ਹੋਏਗੀ। ਤੁਸੀਂ ਇਹ ਜਿਹੜੇ ਰਿਟਰਨਿੰਗ ਆਫਿਸਰ ਹੈ ਉਹਨਾਂ ਦੀ ਇੰਟੈਗ੍ਰਿਟੀ ਤੇ ਕੁਐਸਚਨ ਉਠਾ ਰਹੇ ਹੋ ਬਾਬਾ ਜੀ। ਮੈਂ ਇਹੀ ਇਸੇ ਕਰਕੇ ਮੈਂ ਉਸ ਤਰ੍ਹਾਂ ਨਾਲ ਗੱਲ ਕੀਤੀ ਜਿੱਦਾਂ ਮੈਂ ਕਹੀ ਹੈ। ਮੈਂ ਇਹ ਕਹਿ ਰਿਹਾ ਕਿ ਐਕਸ਼ਨ ਭਾਵੇਂ ਉਹਨਾਂ ਨੇ ਇਨਐਡਵਰਟੈਂਟਲੀ ਲਏ ਹੋਣ, ਅਣਜਾਣਪੁਣੇ ਚ ਲਏ ਹੋਣ, ਲੇਕਿਨ ਉਹ ਐਕਸ਼ਨ ਦੀ ਨਾਲ ਪਰਸੈਪਸ਼ਨ ਇਹ ਬਣਦੀ ਪਈ ਹੈ ਕਿਉਂਕਿ ਇਹਦੇ ਨਾਲ ਸਿੱਧਾ ਤੇ ਸਿੱਧਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਗਿਆ ਹੈਗਾ। ਠੀਕ ਹੈ, ਅੱਛਾ ਥੋੜਾ ਜਿਹਾ ਦੱਸੋ ਪਰਸੈਪਸ਼ਨ ਦੇ ਵਿੱਚ ਇਉਂ ਇਹ ਪਰਸੈਪਸ਼ਨ ਦੀ ਗੇਮ ਵਿੱਚ ਇਹ ਹਾਰੇ ਨੇ। ਵਿਧਾਨ ਸਭਾ ਦੀ ਇਲੈਕਸ਼ਨ ਲੜਨ ਦੇ ਲਈ ਉਮੀਦਵਾਰ ਦਾ ਪੰਜਾਬ ਦਾ ਰੈਜੀਡੈਂਟ ਹੋਣਾ ਜ਼ਰੂਰੀ ਹੈ? ਜੀ ਹਾਂ, ਇਹ ਜ਼ਰੂਰੀ ਹੁੰਦਾ। ਕੋਈ ਵੀ ਸੂਬਾ ਹੋਵੇ ਦੇਸ਼ ਦਾ, ਕੋਈ ਵੀ ਰਾਜ ਹੋਵੇ, ਤੇ ਉਹਦੇ ਵਿੱਚ ਉਹਦਾ ਰੈਸੀਡੈਂਟ ਵੋਟਰ ਹੋਣਾ ਜਾਂ ਇਲੈਕਟਰ ਹੋਣਾ ਬੜਾ ਜ਼ਰੂਰੀ ਹੁੰਦਾ। ਤੇ ਤੁਸੀਂ ਪੰਜਾਬ ਦੇ ਰੈਜੀਡੈਂਟ ਨਹੀਂ ਹੋ? ਮੈਂ ਰੈਸੀਡੈਂਟ ਤਾਂ ਹੈਗਾ, ਮੇਰਾ ਜੰਮਪਲ ਤਾਂ ਚੰਡੀਗੜ੍ਹ ਦਾ ਹੈਗਾ, ਮੇਰੇ ਪਿਤਾ ਜੀ ਦੇ ਏਅਰਪੋਰਟ ਤੋਂ ਰਿਟਾਇਰ ਹੋਣ ਤੋਂ ਬਾਅਦ ਮੋਹਾਲੀ ਚ ਮੈਂ ਦੱਸ ਰਿਹਾ, ਮੋਹਾਲੀ ਵਿੱਚ ਮੇਰਾ ਘਰ ਹੈ, ਮੈਂ ਉੱਥੇ ਜੰਮਪਲ ਹੈ, ਕਾਲਜ ਮੈਂ ਗਵਰਨਮੈਂਟ ਕਾਲਜ ਚੰਡੀਗੜ੍ਹ ਦਾ ਪੜ੍ਹਿਆ ਹੋਇਆ, ਮੇਰਾ ਮੋਹਾਲੀ ਵਿੱਚ ਰੈਸੀਡੈਂਸ ਹੈਗਾ, ਮੇਰਾ ਸੁਲਤਾਨਪੁਰ ਲੋਧੀ ਤੋਂ ਪੂਰੀ ਦੁਨੀਆਂ ਚ ਮਸ਼ਹੂਰ ਹੈ, ਜਿਹੜਾ ਮੈਂ ਸਕੂਲ ਤੇ ਸੂਖਮ ਵਿਦਿਆਵਾਂ ਦੀ ਪਰਵਰਿਸ਼ ਭਾਲ ਸੰਭਾਲ ਦੇ ਵਿੱਚ ਲੱਗੇ ਹਾਂ, ਬੱਚਿਆਂ ਦੀ ਸਿਖਲਾਈ ਜਿਹੜਾ ਸੁਲਤਾਨਪੁਰ ਲੋਧੀ ਵਿਖੇ ਚੱਲਦਾ ਹੈ, ਮੇਰਾ ਜੱਦੀ ਪਿੰਡ ਹੈ ਸੈਦਪੁਰ, ਮੈਂ ਕੋਈ
ਬਨਾਵਟੀ ਵੋਟ ਖਡੂਰ ਸਾਹਿਬ ਨੀ ਬਣਵਾਈ ਕਰਨ ਲਈ, ਕਿਉਂਕਿ ਮੈਂ ਇੱਥੇ ਆ ਰਿਹਾ, ਮੈਂ ਆਪਣੇ ਜੱਦੀ ਪਿੰਡ ਜਾਣਾ ਚਾਹ ਰਿਹਾ, ਅੱਗੇ ਵੀ ਮੈਂ ਜਾਣਾ, ਮੇਰੇ ਨਾਲ ਬਿਜਲੀ ਦਾ ਬਿੱਲ ਹੈ, ਉੱਥੇ ਕੰਮ ਕਰ ਰਹੇ ਹਾਂ, ਅਸੀਂ ਉਹਨੂੰ ਘਰ ਢਾ ਕੇ ਬਣਾਉਣ ਵੀ ਲੱਗੇ ਹਾਂ। ਸੋ ਕਹਿਣ ਦਾ ਭਾਵ ਕਿ ਜਿਹੜਾ ਇਹ ਇੱਕ ਬੜਾ ਸੁੱਚਾ ਉਪਰਾਲਾ ਹੈਗਾ ਕਿ ਮੈਂ ਪੰਜਾਬ ਵਿੱਚ, ਮੇਰੇ ਕੋਲ ਕਈ ਥਾਂ ਨੇ। ਬਹੁਤ ਖੂਬਸੂਰਤ ਦੱਸਿਆ। ਇਹ ਦੱਸੋ ਥੋੜਾ ਜਿਹਾ ਵੀ ਤੁਸੀਂ ਪੋਟੈਂਸ਼ੀਅਲ ਕੈਂਡੀਡੇਟ ਇੱਕੋ ਇੱਕ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਐਲਾਨ ਕਰਤਾ ਸੀ ਮੈਂ ਇਲੈਕਸ਼ਨ ਲੜਨੀ ਆ, ਤੇ ਫਿਰ ਕਿੱਥੇ ਖਾਮੀਆਂ ਰਹਿ ਗਈਆਂ ਤੁਹਾਡੇ ਕੋਲੋਂ? ਮੈਂ ਸਭ ਤੋਂ ਪਹਿਲਾਂ ਨਹੀਂ ਸੀਗਾ, ਮੇਰੇ ਤੋਂ ਪਹਿਲਾਂ ਕੁਝ ਜਣਿਆਂ ਨੇ ਐਲਾਨ ਕੀਤਾ ਹੋਇਆ ਸੀਗਾ। ਮੈਂ 23 ਦਸੰਬਰ ਨੂੰ ਇੱਕ ਪਾਰਟਿਸਪੇਟਿਵ ਪੋਲੀਟੀਕਲ ਡਿਸਕੋਰਸ ਦੇ ਤਹਿਤ ਮੈਂ ਸ਼ੁਰੂ ਕੀਤਾ ਸੀਗਾ। ਦੇਖੋ ਇਹ ਸਵਾਲ ਜਾਇਜ਼ ਵੀ ਕਹਿ ਸਕਦੇ ਆ, ਥੋੜਾ ਜਿਹਾ ਜਿਹਨੂੰ ਕਹੀਏ ਨਾਜਾਇਜ਼ ਵੀ ਕਹਿ ਸਕਦੇ ਆ। ਇਹ ਮਤਲਬ ਜਦੋਂ ਅਸੀਂ ਸਪੋਜੀਸ਼ਨ ਚ ਜਾਂਦੇ ਹਾਂ, ਜੇ ਤੇ ਤਾਂ ਦੇ ਵਿੱਚ, ਜੇ ਤਾਂ ਹੁੰਦਾ ਤੇ ਉਦਾਂ ਕੀ ਹੁੰਦਾ। ਸਵਾਲ ਇਹ ਹੈ ਕਿ ਜਿਹੜੀ ਤਰਤੀਬ ਹੈ, ਟੈਕਨੀਕੈਲਿਟੀ ਦਾ ਇੱਕ ਰੇਅਰ ਕੇਸ ਬਣਿਆ, ਜਿਹਦੇ ਕਰਕੇ ਇਲੈਕਸ਼ਨ ਕਮਿਸ਼ਨ ਦੇ ਦਿੱਲੀ ਦੇ ਜਿਹੜੇ ਅਫਸਰਾਨ ਨੇ ਉਹਨਾਂ ਨੇ ਵੀ ਗੌਰ ਫਰਮਾਇਆ, ਉਹ ਵੀ ਹੈਰਾਨ ਹੋਏ ਨੇ ਕਿ ਇਹ ਤਾਂ ਬੜੀ ਕਮਾਲ ਦਾ ਕੇਸ ਨਿਕਲ ਆਇਆ ਹੈਗਾ। ਸੋ ਕਹਿਣ ਦਾ ਭਾਵ ਹੈ ਕਿ ਜਿਹੜੇ ਫੈਕਟਸ ਐਂਡ ਫਿਗਰਸ ਨੇ, ਮੈਂ ਉਹਨਾਂ ਤੇ ਗੌਰ ਜ਼ਿਆਦਾ ਫਰਮਾਉਣਾ ਚਾਹਾਂਗਾ, ਇਸ ਦੀ ਬਜਾਏ ਕਿ ਇਫਸ ਐਂਡ ਬਟਸ ਐਂਡ ਉਹਦੇ ਵਿੱਚ ਆਈਏ। ਇੱਕ ਸਿੰਪਲ ਗੱਲ ਹੈਗੀ ਹੈ ਕਿ 3 ਵਜੇ 27 ਤਰੀਕ ਨੂੰ ਜਦੋਂ ਨਾਮੀਨੇਸ਼ਨ ਪੇਪਰ ਫਾਈਲ ਕਰਨ ਦੀ ਤਾਰੀਖ ਸਮਾਪਤ ਹੁੰਦੀ ਹੈ, ਉਦੋਂ ਖਡੂਰ ਸਾਹਿਬ ਦਾ ਜਿਹੜਾ ਇਲੈਕਟਰਲ ਰੋਲ ਹੈ ਉਹ ਫਰੀਜ਼ ਕਰ ਦਿੱਤਾ ਜਾਂਦਾ। ਯਾਨੀ ਕਿ 3 ਵਜੇ ਬੀਤੀ ਕੱਲ 27 ਜਨਵਰੀ ਤੋਂ ਬਾਅਦ ਚ ਨਾ ਕੋਈ ਵੋਟ ਹਲੇ ਬਣ ਸਕਦਾ ਹੈ, ਨਾ ਕੱਟ ਸਕਦਾ ਹੈ, ਜਦ ਤਾਈਂ ਇਲੈਕਸ਼ਨਾਂ ਖਤਮ ਨਹੀਂ ਹੋ ਜਾਂਦੀਆਂ। ਠੀਕ ਹੈ। ਕਿਉਂਕਿ ਮੈਂ ਸੁਲਤਾਨਪੁਰ ਲੋਧੀ ਤੋਂ 21 ਤਰੀਕ ਨੂੰ ਦਿੱਲੀ ਮੈਂ ਕਟਾਈ ਹੈ, 22 ਤਰੀਕ ਨੂੰ ਮੈਂ ਅਪਲਾਈ ਕੀਤਾ ਹੈਗਾ, ਔਰ ਸਾਰੇ ਸਿਆਣੇ ਦਾ ਕਹਿਣਾ ਸੀਗਾ ਕਿ ਸਕਰੂਟਨੀ ਦੇ ਵਿੱਚ ਜਦੋਂ ਤੁਸੀਂ ਆਪਣਾ ਜਿਹੜਾ ਇਹ 22 ਤਰੀਕ ਦਾ ਜਿਹੜਾ ਨੱਥੀ ਕਰਦੇ ਹੋਗੇ, ਇਹ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਵੀ ਅਫਸਰ ਰਿਪ੍ਰੈਜੈਂਟੇਟਿਵ ਹੁੰਦੇ ਨੇ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਕੋਈ ਨਾਜਾਇਜ਼ ਨਾ ਹੋਵੇ ਕਿਸੇ ਨਾਲ, ਕੋਈ ਇਹ ਜਾਨੀ ਮਾਲੀ ਕੇਸ ਦੇ ਉੱਤੇ ਫੈਸਲਾ ਨਹੀਂ ਹੋ ਰਿਹਾ। ਉਹਦਾ ਮਕਸਦ ਹੈ ਕਿ ਪਲੇਇੰਗ ਫੀਲਡ ਇਕੁਅਲ ਹੋਵੇ, ਔਰ ਇਹਦੇ ਵਿੱਚ ਮੇਰੇ ਲਈ ਇਕੁਅਲ ਪਲੇਇੰਗ ਫੀਲਡ ਨਹੀਂ ਬਣਾਈ ਗਈ। ਹੁਣ ਜਦੋਂ ਮੈਂ ਨਜ਼ਦੀਕ ਬਾਬਾ ਜੀ ਅੱਗੇ ਸੁਲਤਾਨ ਅੱਗੇ ਕੀ ਹੋਏਗਾ? ਹਾਂਜੀ, ਅੱਗੇ ਉਹ ਹੋਏਗਾ ਕਿ ਮੈਂ ਅੱਜ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈਗੀ ਹੈ ਉਹਦੇ ਵਿੱਚ ਮੈਂ ਚੀਫ ਇਲੈਕਸ਼ਨ ਕਮਿਸ਼ਨ ਚੀਫ ਇਲੈਕਟਰਲ ਆਫਿਸਰ ਜਿਹੜੇ ਪੰਜਾਬ ਦੇ ਹਨਗੇ ਉਹਨਾਂ ਦੇ ਆਫਿਸ ਨੂੰ ਮੈਂ ਨੱਥੀ ਕੀਤਾ ਸੀ, ਜਿਹੜਾ ਮੇਰਾ ਜਵਾਬ ਸੀ ERO ਨੂੰ, ਜਿਹੜਾ ਕਾਸ਼ ਕਿ ਉਹਨਾਂ ਨੇ ਪੜ੍ਹਿਆ ਔਰ ਗੌਰ ਫਰਮਾਇਆ ਹੁੰਦਾ ਤੇ ਇਹ ਨੌਬਤ ਨਾ ਆਉਂਦੀ, ਕਿਉਂਕਿ ਉਹਨਾਂ ਦੀ ਜਿਹੜੀ ਕੈਪੈਸਿਟੀ ਹੈ ਟੂ ਆਫਰ ਫੇਅਰ ਜਜਮੈਂਟ ਉਹ ਤੇ ਸਵਾਲ ਚਿੰਨ ਖੜੇ ਹੋ ਗਏ ਨੇ, ਔਰ ਅਫਸੋਸ ਹੈ ਮੈਨੂੰ ਬੜੇ ਭਲੇ ਲੱਗੇ ਮਾਨਸ, ਲੇਕਿਨ ਇੱਥੇ ਐਸ ਆਈ ਟੋਲਡ ਹਿਮ ਦੇਅਰ ਦੈਟ ਹੀ ਇਜ਼ ਮੇਕਿੰਗ ਏ ਗ੍ਰੇਵ ਐਰਰ ਆਫ ਜਜਮੈਂਟ। ਪਹਿਲੀ ਗੱਲ ਹਾਂਜੀ, ਔਰ ਇਲੈਕਸ਼ਨ ਮੈਂ ਜਿਹੜੀ ਬੇਨਤੀ ਕੀਤੀ ਹੈ ਕਿ ਕੱਲ ਨੂੰ ਰਿਵਾਈਜ਼ ਕਰਨ